ਗੁੱਡ ਮਾਰਨਿੰਗ ਸਟੂਡੈਂਟਸ ਓਪਨ ਯਰ ਪੰਜਾਬੀ ਬੁੱਕ ਸੀ ਪੇਜ ਨੰਬਰ 34 ਪੇਜ ਨੰਬਰ 34 ਖੋਲਣਾ ਬੇਟਾ ਸਭ ਤੋਂ ਪਹਿਲਾਂ ਤੁਸੀਂ ਦੇਖੋ ਇੱਥੇ ਡੇਟ ਲਿਖਣੀ ਹੈ ਠੀਕ ਹੈ ਇਹ ਦੇਖੋ 19 4 21 ਪੰਜਾਬੀ ਵਿੱਚ 19 4 21 ਠੀਕ ਹੈ ਬੇਟੇ ਲੈਸਨ ਦੇਖੋ ਲੈਸਨ ਦਾ ਨਾਮ ਹੈ ਹਾਥੀ ਦੀ ਸ਼ਾਦੀ ਚਲੋ ਇਹਨੂੰ ਨਾਲ-ਨਾਲ ਪੜ੍ਹਦੇ ਹਾਂ ਸੀ ਸ਼ਾਦੀ ਆਈ ਪਈ ਸ਼ਾਦੀ ਆਈ ਹਾਥੀ ਦੀ ਸ਼ਾਦੀ ਆਈ ਹਾਥੀ ਦੀ ਰਾਣੀ ਸ਼ਰਮਾਈ तितਲੀ ਉੱਡਦੀ ਉੱਡਦੀ ਆਈ ਸ਼ਾਦੀ ਕਿਸ ਦੀ ਚੱਲ ਰਹੀ ਹੈ ਹਾਥੀ ਦੀ ਔਰ ਹਾਥੀ ਦੀ ਸ਼ਾਦੀ ਵਿੱਚ ਜਿਹੜੀ ਰਾਣੀ ਹੈ ਉਹ ਸ਼ਰਮਾ ਰਹੀ ਹੈ ਹਾਥੀ ਦੀ ਤਿਤਲੀ ਉੱਡਦੀ ਉੱਡਦੀ ਆਈ ਕੀੜੀ ਸਾਡੀ ਸਜ ਕੇ ਆਈ ਬੱਕਰੀ ਸਾੜੀ ਪਹਿਨ ਕਰ ਆਈ ਬੱਕਰੀ ਸਾੜੀ ਪਾ ਕੇ ਆਂਦੀ ਐ ਦੇਖੋ ਇੱਧਰ ਇਹ ਪਿਕਚਰ ਵਿੱਚ ਠੀਕ ਐ ਨੀਲੀ ਨੀਲੀ ਸਾੜੀ ਸਜਾਈ ਬੱਕਰੀ ਨੇ ਕਿਹੜੇ ਰੰਗ ਦੀ ਸਾੜੀ ਪਾਈ ਹੋਈ ਐ ਦੇਖੋ ਨੀਲੇ ਰੰਗ ਦੀ ਠੀਕ ਐ हरी हरी नाशपाती ले नाशपाती कट कर ले आई हलवाई दी, मिठाई ले दिवाली वाली रात आई सीटी बजाकर मस्ती छाई डफली बजाई सीटी बजाई ਸਬ ਸਾਥੀਆਂ ਖੁਸ਼ੀ ਮਨਾਈ ਬਰਫੀ ਰਸਮਲਾਈ ਰਬੜੀ ਖਾਈ ਸਬ ਰਲ ਮਿਲ ਸ਼ਗਨ ਮਨਾਇਆ ਮਠਿਆਈ ਖਾਖਾਂ ਗੀਤ ਗਾਇਆ ਤੋਂ ਹਾਥੀ ਦੀ ਸ਼ਾਦੀ ਵਿੱਚ ਇਸ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਸਾਰੇ ਸਾਜਿਤਾ ਜੀ ਕੇ ਆ ਰਹੇ ਆਂ ਔਰ ਕੀ ਕੀ ਸਾਰਿਆਂ ਨੇ ਕੀਤਾ ਕਿਸੇ ਨੇ ਨਾਸ਼ਪਤੀ ਕੱਟੀ ਐ ਕੋਈ ਸਾੜੀ ਵਿੱਚ ਸੱਜ ਕੇ ਆਇਆ ਐ ਕੋਈ ਡਫਲੀ ਵਜਾ ਰਿਹਾ ਐ ਦੇਖੋ ਇੱਧਰ ਸੀਟੀ ਵਜਾ ਰਿਹਾ ਐ ਹੈਨਾ ਤਾਂ ਇਸ ਬਾਰੇ ਲੈਸਨ ਇਸ ਦੀ ਤੁਸੀਂ ਬੇਟਾ ਬਾਰ-ਬਾਰ ਰਿਵਾਈਜ਼ ਕਰਕੇ ਪ੍ਰੈਕਟਿਸ ਕਰਨੀ ਐ ਉਸ ਤੋਂ ਬਾਅਦ ਦੇਖੋ ਇਸ ਲੈਸਨ ਵਿੱਚ ਉੱਤਰ ਦਿਓ ਇਹ ਕੁਐਸਚਨ ਐ ਪ੍ਰਸ਼ਨ ਬੋਲਦੇ ਜਿਹਨੂੰ ਪੰਜਾਬੀ ਵਿੱਚ ਦੇਖੋ ਇੱਧਰ ਸ਼ਾਦੀ ਕਿਸ ਦੀ ਸੀ ਸ਼ਾਦੀ ਕਿਸ ਦੀ ਸੀ ਕਿਸ ਦੀ ਸ਼ਾਦੀ ਸੀ ਬਟੇ ਹਾਥੀ ਇੱਥੇ ਦੇਖੋ ਹਾਹੇ ਨੂੰ ਕੰਨਾ ਹਾ ਥੱਥੇ ਨੂੰ ਬਿਹਾਰੀ ਥੀ ਹਾਥੀ ਅੱਗੇ ਲਿਖਣਾ ਹੈ ਦੀ ਕਿਸ ਦੀ شادی ਸੀ ਹਾਥੀ ਦੀ ਸਾੜੀ ਕਿਸ ਰੰਗ ਦੀ ਸੀ ਨੈਕਸਟ ਕੁਐਸਚਨ ਹੈ ਬੇਟੇ ਸਾੜੀ ਕਿਸ ਰੰਗ ਦੀ ਸੀ ਕਿਸ ਰੰਗ ਦੀ ਸਾੜੀ ਸੀ ਦੇਖੋ ਇਹ ਕਿਹੜਾ ਰੰਗ ਹੈ ਨੀਲੀ ਇੱਥੇ ਕੀ ਲਿਖਾਂਗੇ ਆਪਾਂ ਨੰਨਾ ਨੰਨੇ ਨੂੰ ਇਹ ਦੇਖੋ ਬਿਹਾਰੀ ਕਿਸ ਤਰ੍ਹਾਂ ਪਾਣੀ ਧਿਆਨ ਨਾਲ ਨੰਨੇ ਦੇ ਨਾਲ ਜੁੜੀ ਹੋਈ ਹੈ ਨਾ ਦੇਖੋ ਨੀ ਲੱਲੇ ਨੂੰ ਲੱਲੇ ਨੂੰ ਵੀ ਬਿਹਾਰੀ ਪਾ ਦੇਣੀ ਨੀਲੀ ਠੀਕ ਹੈ ਬੇਟੇ ਇਸ ਤਰ੍ਹਾਂ ਹੀ ਲਾਈਨ ਦੇ نیچے ਔਰ ਇਸੇ ਤਰ੍ਹਾਂ ਨਾਲ ਨੀਟਲੀ ਲਿਖਣਾ ਹੈ ਠੀਕ ਹੈ ਵਾਕਏ ਆਪਾਂ ਪੜ੍ਹ ਲਿਆ ਸੀ ਇਹ ਵੀ ਰੀਡਿੰਗ ਵੀ ਕਰ ਲਈ ਸੀ ਇਹ ਵੀ ਤੁਹਾਨੂੰ ਕਰਵਾ ਦਿੱਤਾ ਸੀ ਠੀਕ ਹੈ ਪਿਕਚਰ ਨੇਮ ਹੈ ਉਹ ਮੈਂ ਨੈਕਸਟ ਟਾਈਮ ਪੇਜ ਦਾਂਗੀ ਤੁਹਾਨੂੰ ਫਿਰ ਆਲ ਤੁਸੀਂ ਇੱਕ ਕੰਮ ਕਰਨਾ ਹੈ ਇਹ ਬੁੱਕ ਵਿੱਚ ਹੀ ਲਿਖਣਾ ਹੈ ਠੀਕ ਹੈ ਇਸ ਤਰ੍ਹਾਂ ਹੀ ਨੀਟਲੀ ਔਰ ਇਹ ਲੈਸਨ ਦੀ ਪ੍ਰੈਕਟਿਸ ਕਰਨੀ ਹੈ ਰੀਡਿੰਗ ਵਿੱਚ ਤੁਹਾਨੂੰ ਇਹ ਵਾਲੇ ਵਰਡਸ ਆਣਗੇ ਅਗਰ ਰੀਡਿੰਗ ਕਰਵਾਈ ਜਾਏਗੀ ਤਾਂ ਇਸ ਲੈਸਨ ਦੀ ਕਰਵਾਈ ਜਾਏਗੀ ਇਸ ਲਈ ਕਿ ਤਾਂ ਕਿ ਕੁਐਸਚਨ ਆਨਸਰ ਦੇ ਤੁਹਾਨੂੰ ਉੱਤਰ ਪਤਾ ਚੱਲ ਸਕਣ ਇਹ ਲੈਸਨ ਦੀ ਰੀਡਿੰਗ ਤਾਂ ਕਰਵਾਈਏ ਤੁਹਾਨੂੰ ਠੀਕ ਹੈ ਬੇਟੇ ਥੈਂਕ ਯੂ